ਸਤਿ ਸ੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਸਾਡੇ YouTube ਚੈਨਲ ਦੇ ਵਿੱਚ। ਦੋਸਤੋ, ਅੱਜ ਦੀ ਇਹ ਵੀਡੀਓ ਬਹੁਤ ਹੀ ਖਾਸ ਹੈ। ਸਾਰੇ ਕੈਂਡੀਡੇਟ ਜਿਨ੍ਹਾਂ ਨੇ ਟਾਈਪਿੰਗ ਟੈਸਟ ਕਲੀਅਰ ਕੀਤਾ ਹੈ ਉਹ ਇਸ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਦੇਖਣ। ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਕਿੰਨੇ ਕੈਂਡੀਡੇਟ ਜਿਨ੍ਹਾਂ ਦਾ ਕਿ ਰਿਟਨ ਐਗਜ਼ਾਮ ਕਲੀਅਰ ਹੋਇਆ ਸੀ ਅਤੇ ਟਾਈਪਿੰਗ ਟੈਸਟ ਵਿੱਚ ਨਾਮ ਆਇਆ ਸੀ, ਉਹਨਾਂ ਦੀ ਕਿੰਨੇ ਕੈਂਡੀਡੇਟ ਦੀ ਜੁਆਇਨਿੰਗ ਕਿਸੇ ਹੋਰ ਡਿਪਾਰਟਮੈਂਟ ਵਿੱਚ ਹੋ ਚੁੱਕੀ ਹੈ। ਦੋਸਤੋ, ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜੇਕਰ ਅਜੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਇਸ ਚੈਨਲ ਦੇ ਉੱਤੇ ਤੁਹਾਨੂੰ ਜੌਬ ਦੇ ਸੰਬੰਧੀ ਜਾਣਕਾਰੀ ਮਿਲਦੀ ਰਹੇਗੀ। ਚਲੋ ਦੋਸਤੋ, ਵੀਡੀਓ ਸ਼ੁਰੂ ਕਰਦੇ ਹਾਂ। ਜਿਵੇਂ ਕਿ ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ ਟਾਈਪਿੰਗ ਟੈਸਟ ਜਿਨ੍ਹਾਂ ਕੈਂਡੀਡੇਟ ਦਾ ਪਾਸ ਹੋ ਚੁੱਕਾ ਹੈ ਉਹ ਰਿਜ਼ਲਟ ਦੀ ਵੇਟ ਕਰ ਰਹੇ ਹਨ, ਜੋ ਕਿ ਰਿਜ਼ਲਟ 1 ਵੀਕ ਦੇ ਅੰਦਰ ਆ ਜਾਣਾ ਚਾਹੀਦਾ ਸੀ ਪਰ ਕਿਸੇ ਕਾਰਨ ਉਹ ਨਹੀਂ ਆਇਆ। ਰਿਜ਼ਲਟ ਤਾਂ ਚਲੋ ਆ ਹੀ ਜਾਣਾ ਹੈ। ਦੋਸਤੋ, ਕਦੀ ਤੁਸੀਂ ਨੋਟ ਕੀਤਾ ਹੈ ਕਿ ਜਿਹੜਾ ਰਿਟਨ ਟੈਸਟ ਦਾ ਰਿਜ਼ਲਟ ਆਇਆ ਸੀ ਉਸ ਦੇ ਵਿੱਚ ਜਿਹੜੇ ਕੈਂਡੀਡੇਟ ਹਨ ਉਹਨਾਂ ਨੇ ਹੋਰ ਕਿੰਨੇ ਐਗਜ਼ਾਮ ਨੂੰ ਕਲੀਅਰ ਕੀਤਾ ਹੈ ਅਤੇ ਉਹਨਾਂ ਦੀ ਸਿਲੈਕਸ਼ਨ ਹੋਈ ਹੈ? ਦੋਸਤੋ, ਇਸ ਦੇ ਸੰਬੰਧ ਵਿੱਚ ਹੀ ਇਹ ਵੀਡੀਓ ਬਣਾਈ ਗਈ ਹੈ। ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਕਿੰਨੇ ਕੈਂਡੀਡੇਟ ਐਸੇ ਹਨ ਜਿਨ੍ਹਾਂ ਦੀ ਸਿਲੈਕਸ਼ਨ ਹੋ ਚੁੱਕੀ ਹੈ। ਦੋਸਤੋ, ਇਸ ਦੇ ਨਾਲ ਹੀ ਇੱਕ ਪੰਜਾਬ SSS ਬੋਰਡ ਦੇ ਵੱਲੋਂ ਇਸ਼ਤਿਹਾਰ ਨੰਬਰ 4/2016 ਵਿੱਚ ਹੀ ਪੋਸਟਾਂ ਸਟੈਨੋਗ੍ਰਾਫਰ ਅਤੇ ਸਟੈਨੋਟਾਈਪਿਸਟ ਦੀਆਂ ਸਨ। ਉਸ ਦੇ ਵਿੱਚ ਵੀ ਕਾਫੀ ਕੈਂਡੀਡੇਟ ਐਸੇ ਸਨ ਜਿਨ੍ਹਾਂ ਨੇ ਕਿ ਕਲਰਕ ਦੀ ਪੋਸਟ ਲਈ ਵੀ ਅਪਲਾਈ ਕੀਤਾ ਹੋਇਆ ਸੀ ਅਤੇ ਉਹਨਾਂ ਦਾ ਟਾਈਪਿੰਗ ਟੈਸਟ ਦੇ ਵਿੱਚ ਨਾਮ ਵੀ ਆਇਆ ਸੀ। ਇਸ ਦੇ ਸੰਬੰਧ ਵਿੱਚ ਅਸੀਂ ਬਾਅਦ ਵਿੱਚ ਗੱਲ ਕਰਾਂਗੇ। ਸਭ ਤੋਂ ਪਹਿਲਾਂ ਤਾਂ ਅਸੀਂ ਗੱਲ ਕਰਦੇ ਹਾਂ ਜਿਹੜੀਆਂ ਕਿ ਕਲਰਕ ਦੀਆਂ ਪੋਸਟਾਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਵੱਲੋਂ ਨਿਕਲੀਆਂ ਹੋਈਆਂ ਸਨ ਉਸ ਦੇ ਬਾਰੇ ਵਿੱਚ। ਦੋਸਤੋ, ਉਸ ਦੇ ਵਿੱਚ ਵੀ ਕਾਫੀ ਐਸੇ ਕੈਂਡੀਡੇਟ ਹਨ ਜਿਨ੍ਹਾਂ ਦੀ ਕਿ ਜੁਆਇਨਿੰਗ ਹੋ ਚੁੱਕੀ ਹੈ, ਜਿਨ੍ਹਾਂ ਨੇ ਕਲਰਕ ਦਾ ਰਿਟਨ ਐਗਜ਼ਾਮ ਬਹੁਤ ਹੀ ਵਧੀਆ ਨੰਬਰਾਂ ਦੇ ਨਾਲ ਪਾਸ ਕੀਤਾ ਹੋਇਆ ਹੈ। ਜੇਕਰ ਅਸੀਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਕਲਰਕ ਦੇ ਰਿਜ਼ਲਟ ਨੂੰ ਦੇਖੀਏ ਤਾਂ ਇਸ ਦੇ ਵਿੱਚ ਕਾਫੀ ਕੈਂਡੀਡੇਟ ਐਸੇ ਹਨ ਜਿਨ੍ਹਾਂ ਨੇ ਕਿ ਪੰਜਾਬ SSS ਬੋਰਡ ਦਾ ਰਿਟਨ ਐਗਜ਼ਾਮ ਦਿੱਤਾ ਸੀ ਅਤੇ ਉਹਨਾਂ ਦੇ ਕਾਫੀ ਚੰਗੇ ਨੰਬਰ ਸਨ। ਆਓ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਕਿ ਉਹਨਾਂ ਕੈਂਡੀਡੇਟ ਦੇ ਕਿੰਨੇ ਨੰਬਰ ਹਨ। ਇਹਨਾਂ ਵਿੱਚੋਂ 4 ਕੈਂਡੀਡੇਟ ਐਸੇ ਹਨ ਜਿਨ੍ਹਾਂ ਦੇ 70+ ਨੰਬਰ ਹਨ, 8 ਕੈਂਡੀਡੇਟ ਐਸੇ ਹਨ ਜਿਨ੍ਹਾਂ ਦੇ 60 ਤੋਂ 65 ਨੰਬਰ ਹਨ, 9 ਕੈਂਡੀਡੇਟ ਐਸੇ ਹਨ ਜਿਨ੍ਹਾਂ ਦੇ 53 ਤੋਂ 69.75 ਤੱਕ ਨੰਬਰ ਹਨ, 4 ਕੈਂਡੀਡੇਟ ਐਸੇ ਹਨ ਜਿਨ੍ਹਾਂ ਦੇ 42.50 ਤੋਂ 49.25 ਤੱਕ ਨੰਬਰ ਹਨ ਅਤੇ ਇੱਕ ਹੀ ਕੈਂਡੀਡੇਟ ਐਸਾ ਹੈ ਜਿਸ ਦੇ 37.25 ਨੰਬਰ ਹਨ। ਦੋਸਤੋ, ਜਿਹੜੀ ਇਹ ਲਿਸਟ ਤਿਆਰ ਕੀਤੀ ਹੈ ਇਹ ਸਿਰਫ ਜਿਨ੍ਹਾਂ ਕੈਂਡੀਡੇਟ ਨੂੰ ਵੇਟਿੰਗ ਲਿਸਟ ਤੋਂ ਰਿਕਮੈਂਡ ਕੀਤਾ ਗਿਆ ਹੈ ਉਹਨਾਂ ਦੀ ਹੈ। ਜੇਕਰ ਅਸੀਂ ਫਾਈਨਲ ਰਿਜ਼ਲਟ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਵੀ ਕਾਫੀ ਐਸੇ ਕੈਂਡੀਡੇਟ ਹੋਣਗੇ ਜਿਨ੍ਹਾਂ ਨੇ ਕਿ ਪੰਜਾਬ SSS ਬੋਰਡ ਦਾ ਰਿਟਨ ਐਗਜ਼ਾਮ ਵੀ ਦਿੱਤਾ ਹੋਇਆ ਹੋਵੇਗਾ। ਦੋਸਤੋ, ਉਸ ਦਾ ਫਾਈਨਲ ਰਿਜ਼ਲਟ ਵੀ ਜਿਹੜਾ ਹੈ ਉਸ ਨੂੰ ਵੀ ਐਨਾਲਾਈਜ਼ ਅਸੀਂ ਕਰਕੇ ਨੈਕਸਟ ਵੀਡੀਓ ਵਿੱਚ ਜ਼ਰੂਰ ਪੇਸ਼ ਕਰਾਂਗੇ। ਜੇਕਰ ਅੱਗੇ ਦੋਸਤੋ ਅਸੀਂ ਪੰਜਾਬ SSS ਬੋਰਡ ਵੱਲੋਂ ਲਿਆ ਗਿਆ ਸਟੈਨੋਟਾਈਪਿਸਟ ਅਤੇ ਸਟੈਨੋਗ੍ਰਾਫਰ ਦੇ ਟੈਸਟ ਬਾਰੇ ਗੱਲ ਕਰੀਏ ਤਾਂ ਉਸ ਦੇ ਵਿੱਚ ਵੀ ਕਾਫੀ ਐਸੇ ਕੈਂਡੀਡੇਟ ਹਨ ਜਿਨ੍ਹਾਂ ਨੇ ਕਿ ਕਲਰਕ ਦਾ ਵੀ ਐਗਜ਼ਾਮ ਦਿੱਤਾ ਹੋਇਆ ਸੀ ਪਰ ਉਸ ਦੇ ਵਿੱਚੋਂ ਕੁਝ ਕੈਂਡੀਡੇਟ ਹੀ ਜੋ ਕਿ ਟਾਈਪਿੰਗ ਟੈਸਟ ਲਈ ਕੁਆਲੀਫਾਈ ਕਰ ਸਕੇ। ਉਹਨਾਂ ਦੀ ਗਿਣਤੀ ਦੋਸਤੋ ਇਸ ਪ੍ਰਕਾਰ ਹੈ, 134 ਸਟੈਨੋਟਾਈਪਿਸਟ ਇਸ ਪ੍ਰਕਾਰ ਦੇ ਹਨ ਜਿਨ੍ਹਾਂ ਨੇ ਕਿ ਟਾਈਪਿੰਗ ਟੈਸਟ ਲਈ ਕੁਆਲੀਫਾਈ ਕੀਤਾ ਹੋਇਆ ਹੈ ਅਤੇ 3 ਸਟੈਨੋਗ੍ਰਾਫਰ ਹਨ ਜਿਨ੍ਹਾਂ ਨੇ ਕਿ ਟਾਈਪਿੰਗ ਟੈਸਟ ਲਈ ਕੁਆਲੀਫਾਈ ਕੀਤਾ ਹੋਇਆ ਹੈ। ਦੋਸਤੋ, ਜਦੋਂ ਸਟੈਨੋਟਾਈਪਿਸਟ ਅਤੇ ਸਟੈਨੋਗ੍ਰਾਫਰ ਦਾ ਰਿਜ਼ਲਟ ਫਾਈਨਲ ਆਵੇਗਾ ਉਦੋਂ ਹੀ ਪਤਾ ਲੱਗੇਗਾ ਕਿ ਉਹ ਕਿਹੜੀ ਪੋਸਟ ਨੂੰ ਚੂਜ਼ ਕਰਦੇ ਹਨ। ਜਿਨ੍ਹਾਂ ਕੈਂਡੀਡੇਟ ਦੇ ਕਲਰਕ ਰਿਟਨ ਐਗਜ਼ਾਮ ਦੇ ਵਿੱਚੋਂ ਨੰਬਰ ਘੱਟ ਹਨ ਉਹਨਾਂ ਲਈ ਮੌਕਾ ਹੋ ਸਕਦਾ ਹੈ ਕਿਉਂਕਿ
ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਰਿਜ਼ਲਟ ਵਿੱਚ ਵੀ ਕਾਫੀ ਕੈਂਡੀਡੇਟ ਸਿਲੈਕਟ ਹੋ ਚੁੱਕੇ ਹਨ। ਅਸੀਂ ਇੱਥੇ ਹੀ ਇਸ ਵੀਡੀਓ ਨੂੰ ਖਤਮ ਕਰਦੇ ਹਾਂ ਅਤੇ ਜੇਕਰ ਤੁਸੀਂ ਅਜੇ ਤੱਕ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ।